ਤਾਂ ਕਿਸਾਨ ਵੀਰੋ ਤੁਹਾਡਾ ਆਪਣੇ ਯੂਟਿਊਬ ਚੈਨਲ 'ਤੇ ਲੋਡੇਰੀ ਫਾਰਮ ਬਰਨਾਲਾ ਦੇ ਵਿੱਚ। ਸੋ ਕਿਹੜੇ ਕਿਸਾਨ ਵੀਰ ਆਪਣੇ ਚੈਨਲ 'ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ, ਉਹਨਾਂ ਨੂੰ ਰਿਕੁਐਸਟ ਆ ਕਿ ਆਪਣੇ ਯੂਟਿਊਬ ਚੈਨਲ ਜੋ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਤੁਸੀਂ ਮੇਰੇ ਨਾਲ ਕਨੈਕਟ ਕਰ ਸਕਦੇ ਹੋ। ਮੇਰਾ ਮੋਬਾਈਲ ਨੰਬਰ ਹੈ 8420719817। ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਚਾਰ ਵਿਹੜਾ ਦਿਖਾਉਣੀਆਂ, ਚਾਰੇ ਚੰਗੀਆਂ ਟੌਪ ਕਲਾਸ, ਚੌਥੇ ਨੰਬਰ 'ਤੇ ਕਰੋਸ ਆ ਗਈ ਅਤੇ ਪੰਜਵੇਂ ਨੰਬਰ 'ਤੇ ਪਹਿਲੇ ਨੰਬਰ 'ਤੇ ਚਾਰ ਆ ਗਈਆਂ ਜਰਸੀਆਂ। ਜਰਸੀ ਹੈ ਵੀ ਕਹਿੰਦੇ ਚੰਗੀਆਂ ਹੁੰਦੜੇ ਜਾਣ ਵਾਲੀਆਂ ਪੰਜਾਬ ਵਾਲੀਆਂ, ਅਤੇ ਪਹਿਲੇ ਨੰਬਰ ਵਾਲੀ ਪਿੱਛੇ ਬੱਛੀ ਤਾਜ਼ੀ ਸੂਈ ਸੋਈ ਜੇਰ ਵਗੈਰਾ ਸਾਰਾ ਕੰਮ ਇਹਦਾ ਡਰਨਾ ਆ ਪਈ ਹੈ ਜੇਰ ਜਮਾਂ। ਸੋ ਕੇ ਕਰਦਾ ਵੀਡੀਓ ਸਟਾਰਟ ਆਪਾਂ, ਕਿੰਨਾ ਵੀਰ ਮੁੱਲ ਕਰਦਾ ਦੁੱਧ ਵਾਲੇ ਕਿੰਨੇ ਕਹੇ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ। ਹਾਂਜੀ ਵੀਰੇ, ਨਾਮ ਐਡਰੈਸ ਬੋਲਦੇ ਜੀ ਆਪਣਾ। ਸ਼ੰਨਾ ਕਲਾਲ ਸਿੰਘ ਪਿੰਡ ਹੈ ਜੀ, ਸੰਗੋਰਾ ਸੰਗਾਰਾ ਨੌਵਾਂ, ਅਤੇ ਬਰਨਾਲਾ ਜ਼ਿਲ੍ਹਾ ਤਪਾ ਤਹਿਸੀਲ ਹੈ। ਅਤੇ ਮੋਬਾਈਲ ਨੰਬਰ ਬਾਈ ਆਪਣਾ 95014-33579। 95014-33579। ਜਿਹੜੀ ਪਹਿਲੇ ਨੰਬਰ 'ਤੇ ਆਪਾਂ ਜਰਸੀ ਵੜ ਤਾਜ਼ੀ ਸੂਈ ਦੇਖਦੇ ਹਾਂ, ਕਿੰਨਾ ਟਾਈਮ ਹੋ ਗਿਆ ਸੂਈ ਨੂੰ? ਇਹ ਵੀਰੇ ਤੜਕੇ ਸੂਈ ਆ, ਮੰਨ 4-4.5 ਵਜੇ। ਠੀਕ ਹੈ, ਜੇਰ ਪੈ ਗਈ ਨਾ? ਹਾਂ, ਜੇਰ ਜੂਰ ਪੈ ਗਈ, ਜੇਰ ਆਪਣੀ ਪਈ ਹੋਈ, ਜੇਰ ਆ ਪਈ ਹੈ ਜਮਾਂ, ਗਰੰਟੀ ਹੈ ਜੇਰ ਦੀ। ਅਤੇ ਬੋਲਾ ਕਿੰਨਾ ਕੁ ਚੋਇਆ? ਬੋਲਾ ਵੀਰੇ 4 ਕਿਲੋ ਚੋਇਆ ਬੱਛੀ ਚੰਗਾ। 4 ਕਿਲੋ ਬੋਲਾ ਚੋੜਿਆ ਬੱਛੀ ਚੰਗਾ ਕੇ, ਅਤੇ ਅੰਦਾਜ਼ਾ ਲਈ ਆਪਾਂ ਥਾਣ ਲਿਆ ਫਿਰ ਸਾਫ ਆ ਕਿ ਦੁੱਧ ਕਿੰਨਾ ਕੁ ਦੇ ਦੂਗੀ? ਯਾਰ ਜਿਹੜੇ ਹਿਸਾਬ ਨਾਲ ਬੰਦੇ ਦੱਸਾਂ ਤਾਂ 22-23 ਕਿਲੋ ਸੇ ਜਿਹੜਾ ਬਈ ਤੂੰ ਪਹਿਲੇ ਸੂਈ ਚੋਇਆ ਵੈ। ਠੀਕ ਹੈ, ਹਾਂ ਸੂਆ ਮੇਰੇ ਹਿਸਾਬ ਨਾਲ ਹੋਊ ਤੀਜਾ। ਨਹੀਂ, ਸੂਆ ਦੂਜਾ ਜੀ। ਦੂਜਾ ਸੂਆ, ਦੂਜਾ ਸੂਆ। ਠੀਕ ਹੈ, ਅਤੇ ਮੁੱਲ ਕੀ ਰੱਖਿਆ? ਮੁੱਲ ਆਪਾਂ ਕਰਦੇ ਜੀ 65,000 ਰੁਪਈਆ ਦਾ। ਗੁੰਜਾਇਸ਼ ਹੋ ਜੀ ਵਿੱਚੋਂ ਥੋੜ੍ਹਾ ਬਹੁਤਾ ਮਾਨ ਤਾਂ ਹੋਊਗਾ, ਕੋਈ ਮੁੱਲ ਬਾਹਲੇ ਨਹੀਂ ਕਰਦੇ, ਕਈ ਵੀਡੀਓ ਪਾਈ ਆ ਮੁੱਲ ਆਪਣੇ ਜਾਇਜ਼ ਹੁੰਦੇ ਆ। ਠੀਕ ਹੈ, ਥੋੜ੍ਹਾ ਬਹੁਤਾ ਮਾਨ ਤਾਂ ਨਹੀਂ ਮੰਨ ਕੇ ਚੱਲੇ ਵੀ, ਜਿਹੜਾ ਬੰਦਾ ਖਰੀਦੂ ਵੀ 20 ਕਿਲੋ ਵਾਲੀ ਬੈਠ ਮੰਨ ਕੇ ਖਰੀਦ ਲੇ। 22-23 ਕਿਲੋ ਦੀ ਗਰੰਟੀ ਵਾਲੀ ਬਹਿ ਰਹੀ ਹੈ ਜੀ, ਮੰਨ ਕੇ ਚੱਲੋ, ਜਿਹੜੇ ਹਿਸਾਬ ਨਾਲ ਆਪਾਂ ਨੂੰ ਬੰਦੇ ਦੱਸਿਆ। ਬਾਕੀ ਥਣ ਲੇਵਾ ਦੇਖੋ, ਇਹਦਾ ਪੂਰਾ ਸੋਹਣਾ ਅਤੇ ਸਾਫ਼ ਸੁਥਰਾ ਚੰਗਾ ਗੁੱਦਮਾ ਲੇਵਾ, ਥਣ ਪੂਰਾ ਮੋਟਾ ਦੇਖ ਸਕਦੇ, ਬਹੁਤ ਹੀ ਜ਼ਿਆਦਾ ਕਿੱਲਾ ਵਰਗਾ ਥਣ ਲੱਗਿਆ ਪਾ, ਜਿਵੇਂ ਮੂਹਰੇ ਮੋਟੇ ਦੀ। ਅਤੇ ਬਾਕੀ ਮਿਲਕ ਵੇਨ ਵਗੈਰਾ ਚੰਗੀ, ਨਾੜਾ ਨੂੜਾ ਬਹੁਤ ਚੰਗੀਆਂ ਜਾਂਦੀਆਂ ਪਈਆਂ। ਖੋਲ੍ਹ ਲਿਆ ਵੀਰੇ ਬਾਹਰ ਨੂੰ, ਪੂਰਾ ਧਾਰਾ ਤੁਸੀਂ ਦੇਖ ਸਕਦੇ ਹੋ, ਮੂਹਰੇ ਥਣਾਂ 'ਚ ਕੋਈ ਸ਼ਰ ਮਗਲਾ ਹੀ ਮਾਰਦੇ ਬਸ ਵੀਰੇ, ਪਰ ਮਗਲੇ ਥਣਾਂ 'ਚ ਧਾਰਾ ਦੇਖ ਲਓ। ਵਾਹ, ਠੀਕ ਹੈ, ਬਾਕੀ ਸੀਲ ਠੰਡੀ ਬਹੁਤ ਹੈ, ਜਿਵੇਂ ਮਰਜ਼ੀ ਬਾਈ ਤੁਹਾਡੇ। ਸੂਰੇ ਪਹਿਲੇ ਨੰਬਰ ਵਾਲੀ ਵਿਹੜ ਆ, ਤੁਸੀਂ ਫੇਸ ਕੁਆਲਿਟੀ ਵਾਲਾ ਦੇਖ ਸਕਦੇ ਹੋ, ਧਾਰਾ ਵਗੈਰਾ ਮਾਰ ਕੇ ਤੁਹਾਨੂੰ ਦਿਖਾਤੀ ਹਾਂ। ਦੁੱਧ 20 ਤੋਂ 22 ਦੇ ਵਿੱਚ ਇਹਨੇ ਦੇ ਦੇਣਾ ਆਰਾਮ ਨਾਲ, ਅਤੇ ਮੁੱਲ ਕੀਤਾ ਵਾ ਜਾਣੇ 65,000, ਅਤੇ 65,000 ਵੀ ਜਿਆ ਜਾ ਥਾਂ ਤੁਹਾਨੂੰ ਪੂਰਾ ਮੋਟਾ ਜਮਾਂ ਮੱਝਾ ਵਰਗਾ ਥਾਂ ਲੱਗਿਆ ਹੋਇਆ ਇਹਦੇ, ਅਤੇ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਇਹੀ ਵਿਹੜ ਜੇ ਮਿਲਦੀ ਹੈ ਤਾਂ। ਆਹ ਦੇਖੋ ਫੇਸ ਕੁਆਲਿਟੀ ਵਗੈਰਾ, ਥਾਂ ਤੁਹਾਨੂੰ ਕੋਈ ਇਹਦੇ ਵਿੱਚ 1% ਦੀ ਤਸਾ ਨਹੀਂ ਅੱਜ ਦੇ ਟਾਈਮ ਦੇ ਵਿੱਚ। ਬਾਕੀ ਜੇਰ ਵੀ ਪੈ ਗਈ, ਪਿੱਛੇ ਵੀ ਬੱਛੀ ਹੈਗੀ, ਅਤੇ ਬੱਛੀ ਵੀ ਚੰਗੇ ਰਿਕਾਰਡ ਵਾਲੀ ਘਰੇ ਤਿਆਰ ਹੋਊਗੀ ਆਪਣੇ। ਮੁੱਲ 65,000, ਆਹ ਦੇਖ ਸਕਦੇ ਬਿਲਕੁਲ ਘੋੜੇ ਵਰਗੀ ਵਿਹੜ ਆ ਜਾਵਾਂ। ਸੋ ਵੀਰੇ ਕੱਦ ਕੁੱਦ ਤੁਸੀਂ ਦੇਖ ਸਕਦੇ, ਪੂਰੇ ਵੱਡੇ ਕੱਦ ਕਾਟਦੀ ਆ, ਅਤੇ ਦੂਸਰੀ ਸਾਈਡ ਤੋਂ ਵੀ ਲੇਵਾ ਵਗੈਰਾ ਇਹਦਾ ਦੇਖ ਸਕਦੇ ਹੋ, ਚਾਰੇ ਥਾਂ ਨਿਖਣ ਦੇ ਗੈਪ ਅਤੇ ਸੋਹਣੇ, ਅਤੇ ਮੇਨ ਗੱਲਾਂ ਬਣਾ ਕੇ ਦੇਖੋ, ਪੂਰੀ ਸੋਹਣੀ ਆ ਜਾਵਾਂ ਅੱਜ ਦੇ ਟਾਈਮ 'ਚ, ਕੋਈ ਕਹਿਣ ਵਾਲੀ ਗੱਲਾਂ ਨਹੀਂ। ਅਤੇ ਦੁੱਧ ਪਾ ਦਿੰਦੇ ਨੇ 20 ਤੋਂ 22 ਦੇ ਵਿੱਚ, ਉਹਨੇ ਮੁੱਲ 65,000। ਹਾਂਜੀ ਭਾਈ, ਦੂਜਾ ਨੰਬਰ ਆਪਾਂ ਜਿਹੜੀ ਜਰਸੀ ਦੇਖਦੇ ਹਾਂ ਜੀ, ਹਾਂ ਇਹ ਵੀ ਦੂਜਾ ਸੂਆ ਜੀ। ਇਹ ਦੇਣ ਵੀਰੇ ਕਿੰਨੇ ਕੁ ਲੈਂਦੀ ਆ? ਮੰਨ ਕੇ ਚੱਲੋ ਜੀ ਹਫ਼ਤਾ ਦੇ ਜੂਲੇ ਬੈਠ। ਇਹ ਵੀ ਮੰਨ ਕੇ ਚੱਲੇ, ਇਹਦੀ ਕਾਪੀ ਜਿਉਂ ਦੀ ਸੀ ਬਰਾਬਰੀ ਆ ਜੀ, ਕੱਦ ਵੀ ਦੇਦਾ ਜੀ ਬਹੁਤ ਆ। ਠੀਕ ਹੈ, ਦੁੱਧ ਕਿੰਨਾ ਦੇ ਦੂਏ? ਦੁੱਧ ਕਿਆ ਦੇ ਦੂਏ ਵੀ 22-23 ਕਿਲੋ, ਜਿਹੜੇ ਹਿਸਾਬ ਨਾਲ ਬੈਠਦਾ ਕੱਦ, ਹਵਾ ਨਾਲ ਦੇਵਾ ਦੂਆ ਬਹੁਤ ਆ, ਚੱਲ ਸ਼ੁਰੂ ਬਹੁਤ ਆ। ਮੜੇ ਨਾਲ ਕਰੀ ਕੱਦ ਕੁ ਦੇ ਦੇ, ਬਹੁਤ ਵੱਡਾ ਦੇਖ ਸਕਦੇ, ਪੂਰਾ ਨਿੱਗਰ ਜਾਰ 'ਚ ਆ ਜਾਵਾਂ ਇਹ। ਫਿਰ ਥਾਂ ਲੇਵਾ ਦੇਖੋ, ਇਹਦੇ ਵੀ ਬਹੁਤ ਸੋਹਣਾ ਥਾਂ ਥੂਣ ਲੱਗਿਆ ਹੋਇਆ, ਅਤੇ ਉਹ ਦੇਖ ਸਕਦੇ ਮਿਲਕ ਵੇਨ ਵਗੈਰਾ ਨਾਲ ਨੂੰ ਬਹੁਤ ਚੰਗੀਆਂ। ਅਤੇ ਬਾਕੀ ਦੂਸਰੀ ਸਾਈਡ ਦੇ ਜਿਵੇਂ ਨਿੰਬੂ ਦਾ ਬਾਗ ਹੁੰਦਾ, ਜਿਵੇਂ ਉਸ ਤਰ੍ਹਾਂ ਥਾਂ ਲੱਗਿਆ ਵਾ, ਦੂਸਰਾ ਥਾਂ ਦਿਖਾਈ ਨਹੀਂ ਦਿੰਦਾ ਥਾਂ ਦੇਖ ਸਕਦਾ। ਹਵਾਨੇ 'ਚ ਪੂਰੀ ਸਾਫ਼ ਸੁਥਰੀ ਹੈ, ਜਿਵੇਂ ਕੋਈ ਪਰਸੈਂਟ ਦਾ ਫਲਡ ਨਹੀਂ ਹਵਾਨੇ ਵਿੱਚ, ਲੇਕਿਨ ਕੱਚੀ ਜ਼ਰੂਰ ਆ, ਹਫ਼ਤਾ ਲੈਂਦੀ ਵੀ ਹਫ਼ਤੇ ਦੇ ਵੀ, ਇਹ ਨਹੀਂ ਬੋਲਦੇ ਬਣ ਦੇਣ। ਇਹਦਾ ਮੁੱਲ ਕੀ ਰੱਖਿਆ? ਇਹਦਾ ਮੁੱਲ ਜੀ ਆਪਾਂ ਮੰਨ ਕੇ ਚੱਲੋ 56,000 ਰੁਪਏ। ਠੀਕ ਹੈ ਜੀ, ਉਹਨੀ ਮਾਰੀ ਉਹਦਾ ਮਾਨ ਤਾਂ ਨਹੀਂ ਹੋਣਾ, ਕੋਈ ਮੁੱਲ ਆਪਣਾ ਜਾਇਜ਼ ਹੁੰਦਾ। ਠੀਕ ਹੈ, ਖੋਲ ਲਿਓ ਬਾਹਰ ਨੂੰ। ਸੋ ਵੀਰੇ ਦੂਜੇ ਨੰਬਰ ਵਾਲੀ ਵਿਹੜ ਮੁੱਲ ਵੀ ਇਹਨੇ ਦਾ ਕੀਤਾ 56,000 ਰੁਪਇਆ, ਅਤੇ ਦੁੱਧ 20 ਤੋਂ 22 ਦੇ ਵਿੱਚ ਵਿੱਚ ਇਹਨੇ ਵੀ ਪਾ ਦੇਣਾ ਥਾਂ ਲੇਵਾ, ਬਹੁਤ ਚੰਗਾ ਬੋਡੀ ਵੇਟ, ਬਹੁਤ ਜ਼ਿਆਦਾ ਪੂਰੀ ਵੱਡੀ ਹੁੰਦੜ ਹੇਲ ਵਿਹੜ ਆ ਜਾਵਾਂ, ਕੋਈ ਛੋਟੀ ਵਗੈਰਾ ਵਾਲੀ ਗੱਲ ਨਹੀਂ, ਜਿਵੇਂ ਮੱਝਾਂ ਨੂੰ ਟੱਕਰ ਦਿੰਦੀ ਪਈ ਹੈ ਜਿਵੇਂ ਉਸ ਟਾਈਪ ਦੀ ਵਿਹੜ ਆ, ਅਤੇ ਲੇਵਾ ਵਗੈਰਾ ਸਾਫ਼ ਸੁਥਰਾ, ਮੁੱਲ ਸਿਰਫ 56,000 ਰੁਪਇਆ, ਕੱਦ ਕਾਠ ਬੋਡੀ ਵੇਟ ਬਹੁਤ ਜ਼ਿਆਦਾ ਇਹਦਾ। ਹਾਂਜੀ ਵੀਰੇ, ਅੱਗੇ ਤੀਜੇ ਨੰਬਰ ਆਪਾਂ ਜਿਹੜੀ ਦੇਖਦੇ ਪਏ ਹਾਂ ਵਿਹੜ ਜਰਸੀ, ਹਾਂਜੀ ਇਹਦੀ ਡਿਟੇਲ ਕੀ ਹੈ, ਕਿਹੜਾ ਸੂਆ ਸੁਣਦੇ ਆ, ਦਿਨ ਕਿੰਨੇ? ਦੂਜਾ ਸੂਆ ਸੁਣਦੀ ਹੈ ਜੀ। ਦੂਜਾ ਸੂਆ ਦਿਨ ਕਿੰਨੇ ਕੁ ਲੈ ਜਾਣੇ? 2-4 ਦਿਨ। ਫੇਸ ਕੁਆਲਿਟੀ ਵਗੈਰਾ ਦੇਖੋ ਜੀ, ਪੂਰੀ ਚੰਗੀ ਸੋਹਣੀ ਸੁਨੱਖੀ, ਜਮਾਂ ਓਰੀਜਨਲ ਪੰਜਾਬ ਵਾਲੀ ਜਿਹਨੂੰ ਕਹਿ ਦਿੰਦੇ, ਭਾਵੇਂ ਸ਼ੋ ਕੁਆਲਿਟੀ ਵਾਲੀ ਵਿਹੜ ਹੈਗੀ ਇਹ, ਅਤੇ ਥਣ ਥੁਣ ਇਹਦੇ ਬਹੁਤ ਬੇਕਮਾਲ ਲੱਗਿਆ, ਅਤੇ ਲੇਵਾ ਲੂਗਾ ਦੇਖੋ ਪਿੱਛੇ ਨੂੰ ਪੂਰਾ ਦਿਖਾਉਂਦੀ ਪਈ ਜਮਾਂ, ਬਹੁਤ ਸੋਹਣਾ ਥਣ, ਪੂਰਾ ਮੋਟਾ ਮੁੱਠੀ ਵਾਲਾ ਥਾਣਾ ਜਮਾਂ ਲੱਗ ਰਿਹਾ ਦੇਖ ਸਕਦੇ। ਬਾਕੀ ਠੰਡੀ ਠੁੰਡੀ ਕੋਈ ਚੱਕਰ ਨਹੀਂ, ਆਹ ਦੇਖੋ ਲੇਵਾ ਲੂਗਾ, ਦੁੱਧ ਇਹ ਵੀ ਚੰਗਾ ਪਾ ਦਿਓ। ਕਿੰਨਾ ਦੁੱਧ ਦੇ ਦੂ ਬਾਈ ਇਹ? ਦੁੱਧੀਆ ਜਿਹੜੇ ਬੰਦੇ ਤੋਂ ਲਈ ਆ, ਮੰਨ ਕੇ ਚੱਲੋ 17-18 ਕਿਲੋ ਦੱਸਿਆ ਹੋਗਾ। ਠੀਕ ਹੈ, ਮਤਲਬ ਗੌਰ ਵਾਲਾ ਬੰਦਾ ਹੋਇਆ ਦੇ ਦੂ 18-20 ਲੀਟਰ। ਹਾਂ ਜੀ, 20 ਦੇ ਆਸ
ਫਿਰ ਤੀਜੇ ਨੰਬਰ ਵਾਲੀ ਬੈਡ ਬਹੁਤ ਸੁਨੱਖੀ ਹੈ, ਦੁੱਧ ਇਹ ਵੀ 18-20 ਲੀਟਰ ਵਾਲੀ ਹੈਗੀ ਆ, ਅਤੇ ਮੁੱਲ ਵੀਰ ਨੇ ਕੀਤਾ 62,000, ਫੇਸ ਕੁਆਲਿਟੀ ਵਗੈਰਾ ਥਾਣ ਲੇਵਾ ਪੂਰਾ ਸੋਹਣਾ ਅਤੇ ਮੋਟਾ ਗੁੱਲੇ ਵਾਲਾ ਥਾਣ ਲੱਗਿਆ ਹੋਇਆ ਜਾਵਾਂ, ਅਤੇ ਲੇਵੇ ਦੀ ਸਾਫ਼ ਸੁਥਰੇ ਕੋਈ ਮੰਨ ਕੇ ਚੱਲ ਕੱਚੀ ਵਗੈਰਾ ਨਹੀਂ ਹੈਗੀ, 5-4 ਦਿਨ ਸਿਰਫ ਲਊ, ਜ਼ਿਆਦਾ ਲੈਂਦੀ ਕੋਈ ਨਹੀਂ, ਪਰ ਇੱਕੋ ਜਿਹਾ ਥਾਣ ਲੇਵਾ ਪੂਰਾ ਸੋਹਣਾ ਸਾਫ਼ ਸੁਥਰਾ, ਮੁੱਲ 62,000 ਸੁਬਹਾ ਤੀਜਾ ਸੂੰ ਸੋਰੀ ਨੰਬਰ ਤੀਜੀ ਰਹਿ ਗਈ, ਸੁਬਹਾ ਦੂਜਾ ਸੂੰਦੀ ਹੈ। ਫਿਰ ਫੇਸ ਕੁਆਲਿਟੀ ਪਹਿਲਾਂ ਦੇਖ ਲੈਣਾ, ਚੰਗੀ ਫੇਸ ਕੁਆਲਿਟੀ ਇਹ ਸੀਗੀ ਤੀਜੇ ਨੰਬਰ ਵਾਲੀ। ਸੋ ਅੱਗੇ ਗੱਲ ਕਰਦੇ ਆਪਾਂ ਚੌਥੇ ਨੰਬਰ ਵਾਲੇ ਬਾਰੇ। ਫਿਰ ਇਹ ਚੌਥੇ ਨੰਬਰ ਵਾਲੀ ਕਿਹੜਾ ਸੁਬਹਾ ਸੂੰਦੀ ਆ? ਇਹ ਵੀ ਦੂਜਾ ਸੁਬਹਾ ਸੂੰਦੀ ਹੈ ਜੀ। ਇਹ ਦਿਨ ਕਿੰਨੇ ਕੁ ਲੈ ਜੂ? ਇਹ ਵੀ ਮੰਨ ਕੇ ਚੱਲੋ 5-7 ਦਿਨ, 5-6 ਦਿਨ ਲੈਂਦੀ ਹੈ। 5-6 ਦਿਨ ਸੂਣ 'ਚ ਲੈਂਦੀ ਹੈਗੀ। ਅਤੇ ਦੁੱਧ ਕਿੰਨਾ ਕੁ ਦੇ ਦੂਗੀ? ਦੁੱਧ ਦੇ ਦੂ ਮੇਰੇ ਹਿਸਾਬ ਨਾਲ 17-18 ਕਿਲੋ ਆਰਾਮ ਨੇ। 17-18 ਕਿਲੋ, ਅਤੇ ਇਹਦਾ ਮੁੱਲ ਆਪਾਂ ਕੀ ਰੱਖਿਆ? ਇਹਦਾ ਮੁੱਲ ਰੱਖਿਆ ਜੀ 48,000 ਰੁਪਇਆ। ਠੀਕ ਹੈ, 48,000 17-18 ਕਿਲੋ ਮੰਨ ਕੇ ਚੱਲੋ ਦੁੱਧ ਲੈ। ਫਿਰ ਥਾਣ ਲੇਵਾ ਦੇਖੋ ਪੂਰੇ ਸੋਹਣੇ ਸਾਫ਼ ਸੁਥਰੇ ਲੇਵੇ ਦੀਆਂ, ਅਤੇ ਮਿਲਕ ਵੇਨ ਵਗੈਰਾ ਵੀ ਚੰਗੀਆਂ ਜਾਂਦੀਆਂ ਪਈਆਂ, ਸਾਫ਼ ਸੁਥਰਾ ਲੇਵਾ। ਮੁੱਲ ਵੀ ਵੀਰ ਨੇ ਜਾਇਜ਼ ਕੀਤਾ 48,000 ਰੁਪਇਆ, ਚੌਥੇ ਨੰਬਰ 'ਤੇ ਜਰਸੀ, ਇਹ ਵੀ 17-18 ਕਿਲੋ ਵਾਲੀ ਬੈਡ ਹੈਗੀ ਆ। ਫਿਰ ਆ ਚੌਥੇ ਨੰਬਰ ਵਾਲੀ ਬੈਡ, ਇਹਦਾ ਮੁੱਲ 48,000, ਅਤੇ ਫੇਸ ਕੁਆਲਿਟੀ ਵੀਰਾ ਕੱਦ ਕਾਠ ਬੋਡੀ ਵੇਟ ਇਹਦਾ ਵੀ ਬਹੁਤ ਚੰਗਾ, ਕੋਈ ਮੀਡੀਅਮ ਮੂਡੀਅਮ ਨਹੀਂ, ਸਾਈਜ਼ ਡਬਲ ਆ ਪੂਰੇ, ਸਾਰੇ ਸਾਰੇ ਪਸ਼ੂ ਅੱਜ ਵੀਰ ਚੰਗੇ ਲੈ ਕੇ ਆਇਆ ਲੱਭ ਕੇ, ਲੈ ਮੋੜ ਲਿਆ ਬਸ। ਫਿਰ ਫੇਸ ਕੁਆਲਿਟੀ ਵੀਰਾ ਇੱਕ ਵਾਰ ਫਿਰ ਦੇਖਿਆ ਜੋ, ਅਤੇ ਸਾਫ਼ ਸੁਥਰੇ ਲੇਵੇ ਜੇ ਪੂਰੀ, ਚੌਥੇ ਨੰਬਰ 'ਤੇ ਮੁੱਲ 48,000, ਦੁੱਧ ਵਾਲੀ ਸਾਰੀ ਇਹ ਵੀ 17-18 ਕਿਲੋ ਵਾਲੀ ਬੈਡ ਹੈਗੀ ਆ, ਬਾਕੀ ਲੇਵੇ ਲੂਵੇ ਬਹੁਤ ਚੰਗੇ ਆ, ਸਾਫ਼ ਸੁਥਰੇ ਹੈਗੇ, ਥਾਨ ਨਿਖਣ ਮੇ ਲੱਗੇ, ਕੋਈ ਥਾਨ ਨਹੀਂ ਜੋੜਦੀ। ਆਹ ਦੇਖੋ ਹਾਲੇ 5 ਦਿਨ ਸੂਹ 'ਚ ਬਾਕੀ ਆ, ਅਤੇ ਥਣਾ 'ਚ ਗੈਪ ਅੱਜ ਹੀ ਇਹਦੇ 5-5 ਉਂਗਲਾਂ ਦਿਖੀ ਜਾਂਦਾ। ਆਹ ਦੇਖੋ ਪੂਰੇ ਸੋਹਣੇ ਸਾਫ਼ ਸੁਥਰੇ ਲੇਵੇ ਦੀ ਇਸ ਕੁਆਲਿਟੀ ਵਗੈਰਾ ਵੀ ਚੰਗੀ ਆ। ਹਾਂਜੀ, 5 ਨੰਬਰ ਜਿਹੜੀ ਕ੍ਰੋਸ ਬੈਡ ਆ ਗਈ, ਇਹਦੀ ਕੀ ਡਿਟੇਲ ਆ ਜੀ? ਇਹ ਮੰਨ ਕੇ ਕਿਲੋ ਬੰਦੇ ਤੋਂ ਜੋ ਲਈ ਜਾਂਦੇ 20 ਕਿਲੋ ਦੱਸਿਆ ਜੀ, 20 ਕਿਲੋ ਤੋਂ ਪਹਿਲੇ ਸੂਹ 'ਚ ਹੋਇਆ। ਠੀਕ ਹੈ, ਹਾਂ। ਦਿਨ ਕਿੰਨੇ ਕੁ ਲੈਂਦੀ ਆ? ਦਿਨ ਮੰਨ ਕੇ ਚਲੋ 2-3 ਦਿਨ ਲੈ ਜੀ। ਅਤੇ ਭਾਅ ਇਹਦਾ ਹੀ ਕਰਦੇ ਹਾਂ ਆਪਾਂ? ਇਹਦਾ ਭਾਅ ਕਰਦੇ ਹਾਂ 55,000 ਰੁਪਇਆ। 55,000 ਰੁਪਇਆ ਮੰਨ ਕੇ, 55,000 ਰੁਪਇਆ ਭਾਅ ਇਹਦਾ। ਹਾਂਜੀ, ਅਤੇ ਦੁੱਧ 20 ਕਿਲੋ ਮੰਨ ਕੇ ਚਲੋ ਦੇ ਦਿਓ, 22 ਕਿਲੋ ਦੁੱਧ ਪਾਊਗੀ ਜੀ। ਅਤੇ ਬਾਕੀ ਕ੍ਰੋਸ ਅੰਕ ਜਿਹਾ, ਫੇਸ ਕੁਆਲਿਟੀ ਵਗੈਰਾ ਦੇਖੋ ਚੰਗੀ, ਅਤੇ ਲੇਵਾ ਲੂਵਾ ਬਹੁਤ ਸਾਫ਼ ਸੁਥਰਾ ਚੰਗਾ ਇਹਦਾ, ਚੰਗੇ ਥਾਣ ਲੇਵੇ ਦੀ ਆ, ਠੰਡੀ ਵਗੈਰਾ ਪੂਰੀ ਫੁੱਲ ਆ, ਕੋਈ ਚੱਕਰ ਨਹੀਂ। ਮੁੱਲ ਵੀ ਨੇ 56,000 ਕੀਤਾ ਤੋੜ ਦੇ ਬਾਅਦ। ਪੂਰਾ ਦੇਖੋ ਫੇਸ ਕੁਆਲਿਟੀ ਵਗੈਰਾ, ਲੇਵੇ ਜੀ ਪੂਰੀ ਸਾਫ਼ ਸੁਥਰੀ ਆ ਚੰਗੀ, ਮੁੱਲ 56,000 ਆ ਕ੍ਰੋਸ ਅੰਕ ਦੇ ਵਿੱਚ ਆ, 5-4 ਦਿਨ ਇਹਨੇ ਸੂਹ ਦੇ ਵਿੱਚ ਲੈਣੇ ਹੈਗੇ, ਬਿਊਟੀ ਵਗੈਰਾ ਸਾਫ਼ ਸੁਥਰੀ ਚੰਗੀ, ਸਮੀ ਬੜੀ ਜਾਨ ਦੇ ਵਿੱਚ ਆ, ਦੇਖੋ ਤਿਆਰ ਆ ਬਿਲਕੁਲ ਜਮਾਂ, ਅਤੇ ਥਣਾ ਦਾ ਗੈਪ ਬਹੁਤ ਚੰਗਾ ਚੱਲੋ ਦੇਖਿਆ ਜੀ, 56,000 ਅਤੇ ਥੋੜ੍ਹੀ ਬਹੁਤੀ ਗੁਜਾਇਸ਼ ਹੋ ਜਾਣੀ ਆ। ਪੂਰਾ ਤੁਸੀਂ ਦੇਖ ਸਕਦੇ, ਠੰਡੀ ਵਗੈਰਾ ਪੂਰੀ ਫੁੱਲ ਆ, ਕੋਈ ਦਿੱਕਤ ਵਾਲੀ ਗੱਲ ਨਹੀਂ। ਬਾਕੀ ਨਾੜਾ ਵਗੈਰਾ ਵੀ ਆਰਡਰ ਦੇ ਬਹੁਤ ਚੰਗੀਆਂ ਦਿਖਾਈ ਦਿੰਦੀਆਂ ਪਈਆਂ, ਦੇਖ ਸਕਦੇ ਚਲੋ ਥਣ ਲਿਆ, ਇਹਦਾ ਕੀਤਾ ਵੀਰ ਨੇ ਮੁੱਲ 56,000 ਰੁਪਇਆ, ਦੂਸਰੀ ਸਾਈਡ 'ਤੇ ਵੀ ਆਪਾਂ ਹਵਾ ਨਾਲ ਦਿਖਾ ਦਿੰਦੇ ਹਾਂ, ਸੋਹਣੇ ਥਣ ਹਵਾਨੇ ਵੀ ਆ। ਸੋ ਆਪਾਂ 5 ਨਾਗ ਦਿਖਾ ਚੁੱਕੇ ਹਾਂ, 4 ਜਰਸੀਆਂ, ਇੱਕੋ ਗੋਰੇ ਦੇ, ਚਾਰੇ ਚੰਗੀਆਂ ਹੈਗੀਆਂ, ਕੋਈ ਇਹ 30-35 ਵਾਲੀਆਂ ਨਹੀਂ, ਵੱਡੀਆਂ ਬੈਠ ਹੈਗੀਆਂ ਚੰਗੀਆਂ, ਹੁੰਦਰ ਹਿਲ ਜਾਣ ਵਾਲੀਆਂ। ਸੋ 99014-33579, ਪਿੰਡ ਸੰਨਾ ਗੁਲਾਬ ਸਿੰਘ ਵਾਲਾ। ਕਿਸੇ ਵੀਰ ਦੇ ਕੋਈ ਵੀ ਨਾਗ ਪਸੰਦ ਹੋਵੇ, ਆਪਾਂ 9 ਤਰੀਕ ਨੂੰ ਵੀਡੀਓ ਕਵਰ ਕੀਤੀ, ਵੀਡੀਓ ਦੇਖਣ ਲਈ ਸਾਰਿਆਂ ਦਾ ਕਹਿ ਦਿਲੋਂ ਧੰਨਵਾਦ।